ਬੈਠੋ ਬੈਠੋ, ਆ ਤੁਹਾਡੇ ਵਾਸਤੇ ਹੀ ਹੈ ਚੇਅਰ। ਯੂ ਮੈਮ ਪਲੀਜ਼। ਸੋਰੀ ਜੀ, ਮੇਰੇ ਕਰਕੇ ਸ਼ੂਟ ਵਿੱਚ ਪੰਗਾ ਪੈ ਗਿਆ ਸੀ। ਨਹੀਂ ਨਹੀਂ ਨਹੀਂ, ਤੁਸੀਂ ਸੋਰੀ ਨਾ ਕਹੋ, ਸਾਰੀ ਗਲਤੀ ਮੇਰੀ ਹੈ, ਮੈਂ ਥੋੜ੍ਹਾ ਜਿਹਾ ਰੂਡ ਹੋ ਗਿਆ ਸੀ। ਤੁਸੀਂ ਬਿਲਕੁਲ ਟੈਨਸ਼ਨ ਨਾ ਲਓ ਬੜੀ ਸਰ ਸਾਹਿਬ, ਮੇਰੇ ਕੋਲ ਤੁਹਾਡੇ ਲਈ ਫੰਟੈਸਟਿਕ ਨਿਊਜ਼ ਹੈ। ਇੱਕ ਦੂਜੀ ਕੁੜੀ ਤਾਂ ਅਸੀਂ ਘਰੇ ਭੇਜਤੀ, ਹੁਣ ਇਸ ਐਡ ਦੇ ਮੇਲ ਲੀਡ ਤੁਸੀਂ ਹੋ। ਜੀ ਉਹ ਤਾਂ ਮੈਂ ਗਲਤੀ ਨਾਲ ਹੀ ਲਾਈਨ ਯਾਦ ਕਰ ਲਿੱਤੀ ਸੀ। ਨੋ 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 ਨੋ, ਜੋ ਹੁੰਦਾ ਚੰਗੇ ਨਹੀਂ ਹੁੰਦਾ। ਤੁਸੀਂ ਬੈਕਗ੍ਰਾਉਂਡ ਲਈ ਥੋੜਾ ਬਣੇ ਹੋ, ਮੇਨ ਲੀਡ ਲਈ ਬਣੇ ਹੋ, ਮੇਨ ਲੀਡ ਲਈ ਬਣੇ ਹੋ। ਤੁਹਾਡੇ ਚੰਡੀਗੜ੍ਹ 'ਚ ਵੱਡੇ ਵੱਡੇ ਪੋਸਟਰ ਲੱਗਣਗੇ, ਚਟਕਾਰਾ ਚਾਰ ਦਾ ਨਾਮ ਸੁਣਦੇ ਹੀ ਸਭ ਤੁਹਾਨੂੰ ਯਾਦ ਕਰਨਗੇ। ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ, ਮੈਂ ਤੁਹਾਨੂੰ ਹੁਣੇ ਦੀ ਹੁਣੇ ਐਡਵਾਂਸ ਚੈੱਕ ਦੇਣ ਲਈ ਤਿਆਰ ਹਾਂ। ਤੇ ਮੈਂ ਸੱਚੀ ਫੇਮਸ ਹੋਣ ਵਾਲੀ ਹਾਂ। ਮੈਮ ਤਰਨ ਚੱਡਾ ਆਪਣੀ ਨੈਕਸਟ ਬਿਗ ਐਕਸ਼ਨ ਫਿਲਮ ਲਈ ਤੁਹਾਨੂੰ ਲੈਣਾ ਚਾਹੁੰਦੇ ਹੈ, ਉਹ ਵੀ ਲਾਈਨ ਸ਼ਰੋਫ ਦੇ ਨਾਲ, ਪਰ ਉਹਨਾਂ ਨੂੰ ਨੈਕਸਟ ਮੰਥ ਦੀ ਡੇਟ ਚਾਹੀਦੀ ਹੈ ਕਿਉਂਕਿ ਉਹ ਤੋਂ ਬਾਅਦ ਲਾਈਨ ਸ਼ਰੋਫ ਬਿਜ਼ੀ ਨੇ। ਓ ਪਲੀਜ਼, ਜੇ ਲਾਈਨ ਸ਼ਰੋਫ ਬਿਜ਼ੀ ਨੇ ਇਹ ਉਹਨਾਂ ਦੀ ਪ੍ਰੋਬਲਮ ਹੈ, ਮੇਰੀ ਨਹੀਂ। ਜੇ ਉਹਨਾਂ ਨੇ ਮੇਰੇ ਨਾਲ ਕੰਮ ਕਰਨਾ ਹੈ ਤਾਂ ਮੇਰੇ ਕੈਲੰਡਰ ਦੇ ਹਿਸਾਬ ਨਾਲ ਚੱਲਣਾ ਪਏਗਾ, ਨਹੀਂ ਤਾਂ ਭੁੱਲ ਜਾਵੇ। ਕਿੱਥੇ ਗਵਾਚ ਗਏ ਤੁਸੀਂ? ਇੰਟਰਸਟਡ ਤਾਂ ਹੋਣਾ? ਹਾਂ ਹਾਂ ਬਿਲਕੁਲ ਇੰਟਰਸਟਡ ਆ। ਬਸ ਇੱਕ ਛੋਟੀ ਜੀ ਗੱਲ ਆ ਮੈਮ, ਅਸੀਂ ਤਾਂ ਚਾਹੁੰਦੇ ਹਾਂ ਕਿ ਮੇਲ ਲੀਡ ਤੁਸੀਂ ਕਰੋ, ਪਰ ਇਹ ਸਿਰਫ ਤਾਂ ਹੀ ਹੋ ਸਕਦਾ ਜੇ ਤੁਸੀਂ ਆਪਣੇ ਨਾਲ ਦਲਜੀਤ ਜਵੰਦਾ ਨੂੰ ਮਨਾ ਲਓ ਐਕਟਿੰਗ ਕਰਨ ਲਈ। ਤੁਹਾਡੇ ਤਾਂ ਖੱਬੇ ਅੱਧਾ ਖੇਡ ਆ, ਤੁਹਾਡੇ ਮੰਗੇਤਰ ਨਾ ਉਹ ਆਪਣੀ ਹੋਣ ਵਾਲੀ ਵੋਟੀ ਦੀ ਨਹੀਂ ਗੱਲ ਮੰਨਣਗੇ ਤੇ ਹੋਰ ਕਿਹਦੀ ਮੰਨਣਗੇ। ਲੈ ਆਓ ਬਸ ਤੁਸੀਂ ਉਹਨਾਂ ਨੂੰ, ਫਿਰ ਦੇਖਿਓ ਸਾਰੇ ਪਾਸੇ ਛਾ ਜਾਓਗੇ ਤੁਸੀਂ। ਹਾਏ ਰੱਬਾ, ਹੁਣ ਇਹਨਾਂ ਨੂੰ ਕੀ ਦੱਸਾਂ ਕਿ ਵਿਆਹ ਤੇ ਕਦੋਂ ਦਾ ਟੁੱਟ ਗਿਆ। ਹੁਣ ਸਮਝ ਆਇਆ ਕਿ ਅਚਾਨਕ ਤੋਂ ਇਹਨਾਂ ਦਾ ਸੁਭਾਅ ਕਿੱਦਾਂ ਬਦਲ ਗਿਆ। ਟੇਬਲ ਜੀ ਤੇ ਉਹ ਵੀ ਐਕਟਿੰਗ, ਉਹ ਵੀ ਮੇਰੇ ਨਾਲ, ਇੰਪੋਸੀਬਲ।
ਰੁਕ ਜਾ। ਤੇ ਤੂੰ ਕੀ ਕਰ ਰਹੀ ਹੈ? ਕਿੰਨੇ ਕਿਹਾ ਤੈਨੂੰ ਰੁਬਾਨੀ ਦੀ ਫੋਟੋ ਦੇ ਅੱਗੇ ਫੁੱਲ ਚੜਾਉਣ ਨੂੰ? ਫੁੱਲ ਉਹਨਾਂ ਅੱਗੇ ਚੜਾਈ ਦੇ ਨੇ ਜਿਹੜੇ ਦੁਨੀਆਂ ਤੋਂ ਚਲੇ ਜਾਂਦੇ ਨੇ। ਮੇਰੀ ਰੁਬਾਨੀ ਮੇਰੇ ਲਈ ਅੱਜ ਵੀ ਜ਼ਿੰਦਾ, ਮੇਰੀਆਂ ਯਾਦਾਂ 'ਚ। ਤੂੰ ਇੱਥੇ ਕਿੱਦਾਂ ਆ ਗਈ? ਮੈਨੂੰ ਬਿਲਕੁਲ ਬਰਦਾਸ਼ਤ ਨਹੀਂ ਕਿ ਕੋਈ ਮੇਰੇ ਕਮਰੇ 'ਚ ਆਵੇ ਅਤੇ ਮੇਰੇ ਸਪਾਨ ਨੂੰ ਹੱਥ ਲਾਵੇ। ਇਹ ਤਾਂ ਨਵੀਂ ਹੈ, ਪਰ ਤੁਸੀਂ ਲੋਕ ਤੁਸੀਂ ਤਾਂ ਮੈਨੂੰ ਜਾਣਦੇ ਹੋ ਨਾ ਚੰਗੀ ਤਰ੍ਹਾਂ। ਕਿਸੇ ਨੇ ਇਹਨੂੰ ਇਸ ਘਰ ਦੇ ਰੂਲਸ ਐਂਡ ਰੈਗੂਲੇਸ਼ਨਸ ਬਾਰੇ ਨਹੀਂ ਦੱਸਿਆ? ਮੈਨੂੰ ਮੇਰੇ ਘਰ 'ਚ ਦਖਲ ਅੰਦਾਜ਼ੀ ਬਿਲਕੁਲ ਬਰਦਾਸ਼ਤ ਨਹੀਂ। ਜੇ ਗੱਲ ਰੁਬਾਨੀ ਦੀ ਹੋਵੇ ਉਦੋਂ ਤੱਕ ਕਿਸੇ ਕੀਮਤ 'ਚ ਨਹੀਂ। ਦੁਬਾਰਾ ਇੱਦਾਂ ਤੱਕ ਕੁਛ ਕਰਨ ਦੀ ਸੋਚੀ ਵੀ ਨਾ। ਤੂੰ ਪਾਗਲ ਹੋ ਗਈ ਸੀਰਤ, ਇਹ ਤੂੰ ਕੀ ਕਰ ਰਹੀ ਸੀ? ਇਹ ਸੀ ਤੇਰਾ ਪਲਾਨ? ਇਹ ਫਲੋਪ ਪਲਾਨ। ਆਪਣੀ ਓਵਰ ਸਮਾਰਟਨੈਸ ਦਿਖਾਉਣ ਤੋਂ ਪਹਿਲਾਂ ਸਾਨੂੰ ਕੋਈ ਪੁੱਛ ਤਾਂ ਲੈਂਦੀ? ਤੈਨੂੰ ਇਹ ਸਭ ਨਾ ਸੁਣਨਾ ਪੈਂਦਾ ਤੇ ਆਪਣੇ ਆਪ ਨੂੰ ਡੀਜੇ ਤੋਂ ਜ਼ਿਆਦਾ ਸਮਝਦਾਰ ਸਮਝਣ ਦੀ ਸੋਚੀ ਵੀ ਨਾ। ਜੇ ਡੀਜੇ ਨੇ ਫੁੱਲ ਚੜਾਉਣੇ ਹੁੰਦੇ ਨਾ ਤਾਂ ਤੇਰੇ ਆਉਣ ਤੋਂ ਪਹਿਲੇ ਚੜਾ ਚੁੱਕੇ ਹੁੰਦੇ। ਤੇਰੇ ਆਉਣ ਦਾ ਇੰਤਜ਼ਾਰ ਨਾ ਕਰਦੇ ਕਿ ਤੂੰ ਆਏਂਗੀ, ਤੇਰੇ ਦਿਮਾਗ ਦੀ ਬੱਤੀ ਜਲੇਗੀ ਤੇ ਇਹ ਆਈਡੀਆ ਆਏਗਾ। ਮੈਂ ਸਮਝ ਸਕਦੀ ਹਾਂ ਕਿ ਤੂੰ ਕੀ ਕਰਨ ਦੀ ਕੋਸ਼ਿਸ਼ ਕਰ ਰਹੀ, ਪਰ ਧਿਆਨ ਨਾਲ ਕਿਤੇ ਜਲਦਬਾਜ਼ੀ ਭਾਰੀ ਨਾ ਪੈ ਜਾਵੇ। ਜੋ ਵੀ ਕਰਨਾ ਸੋਚ ਸਮਝ ਕੇ ਕਰ, ਕਿਤੇ ਇਹ ਨਾ ਹੋਵੇ ਤੇਰੇ ਤੇ ਡੀਜੇ ਦੇ ਰਿਸ਼ਤੇ ਦੇ ਫੁੱਲ ਖਿੜਨ ਤੋਂ ਪਹਿਲੇ ਚੜ ਜਾ। ਤੇ ਤੁਸੀਂ ਦੋਵੇਂ ਗੱਪਾਂ ਮਾਰਨ 'ਚ ਟਾਈਮ ਪਾਸ ਕਰਨ ਨਾਲੋਂ ਵਧੀਆ ਇਸ ਨੂੰ ਇਸ ਘਰ ਦੇ ਤੌਰ ਤਰੀਕੇ ਸਿਖਾਓ। ਜੇ ਹੈ ਵੀ ਗਲਤੀਆਂ ਕਰਦੀ ਰਹੀ ਨਾ ਤਾਂ ਸਾਨੂੰ ਸਾਰਿਆਂ ਨੂੰ ਵੱਡਾ ਭੁਗਤਾਨ ਭੁਗਤਣਾ ਪੈ ਸਕਦਾ, ਸਮਝ ਗਈ? ਜੀ ਭਾਬੀ। ਉਹਨੂੰ ਮੈਂ ਕੀ ਸੋਚਿਆ ਸੀ ਤੇ ਕੀ ਹੋ ਗਿਆ, ਪਰ ਮੈਨੂੰ ਕੁਝ ਵੀ ਕਰਕੇ ਡੀਜੇ ਦੇ ਅੱਗੇ ਨੰਬਰ ਬਣਾਉਣੇ ਪੈਣੇ ਨੇ ਤਾਂ ਕਿ ਇਹਨਾਂ ਤਿੰਨਾਂ ਦੀ ਜ਼ੁਬਾਨ ਤੇ ਤਾਲਾ ਲੱਗ ਸਕੇ। ਬਸ ਇੱਕ ਵਾਰ ਮੈਂ ਇਸ ਘਰ 'ਚ ਆ ਜਾਵਾਂ, ਫਿਰ ਇਹਨਾਂ ਨੂੰ ਮੈਂ ਦੱਸਾਂਗੀ ਚੰਗੀ ਤਰ੍ਹਾਂ। ਕੀ ਦਿਲਜੀਤ ਜੀ ਤੇ ਤੁਹਾਡੇ ਨਾਲ ਐਡ 'ਚ? ਪਾਗਲ ਪਾਗਲ ਹੋ ਗਏ ਹੋ ਤੁਸੀਂ ਤੇ ਕੀ ਸੋਚ ਕੇ ਉਹਨਾਂ ਨੂੰ ਹਾਂ ਬੋਲਤੀ? ਤੇ ਮੈਂ ਹੋਰ ਕੀ ਕਰਦੀ ਕਨੂੰ? ਪਤਾ ਚਾਰ ਚਾਰ ਬ੍ਰਾਂਡਸ ਨੇ ਉਹਨਾਂ ਲੋਕਾਂ ਦੇ ਤੇ ਆਪਣੇ ਹਰ ਬ੍ਰਾਂਡ ਦਾ ਚਿਹਰਾ ਮੈਨੂੰ ਬਣਾਉਣਾ ਚਾਹੁੰਦੇ ਨੇ ਤੇ ਇੰਨਾ ਵਧੀਆ ਆਫਰ ਮੈਂ ਆਪਣੇ ਹੱਥੋਂ ਕਿੱਦਾਂ ਜਾਣ ਦਿੰਦੀ? ਸੋਚ ਕਨੂੰ ਪੂਰੇ ਪੰਜਾਬ 'ਚ ਤੇਰੇ ਭੈਣ ਦੀਆਂ ਹੋਰਡਿੰਗਸ ਲੱਗਣਗੀਆਂ, ਕਿੰਨਾ ਮਜ਼ਾ ਆਏਗਾ।
ਇੰਨਾ ਬੁਰਾ ਹੋਣ ਤੋਂ ਬਾਅਦ ਇੱਕ ਕਿਤੇ ਮੌਕਾ ਮਿਲਿਆ ਮੈਨੂੰ ਮੰਮੀ ਪਾਪਾ ਨੂੰ ਖੁਸ਼ ਕਰਨ ਦਾ, ਤੇ ਮੈਂ ਉਹ ਵੀ ਜਾਣ ਦੇਵਾਂ। ਉਹ ਸਭ ਤਾਂ ਠੀਕ ਹੈ ਦੀ, ਪਰ ਤੁਸੀਂ ਉਸ ਦਿਲਜੀਤ ਨੂੰ ਮਨਾਓਗੇ ਕਿਵੇਂ? ਮੈਨੂੰ ਤਾਂ ਇਹ ਸਭ ਬਿਲਕੁਲ ਇੰਪੋਸੀਬਲ ਲੱਗ ਰਿਹਾ ਹੈ। ਇਸ ਇੰਪੋਸੀਬਲ ਨੂੰ ਪੋਸੀਬਲ ਕਰਨਾ ਪਵੇਗਾ ਕਨੂੰ। ਮੈਨੂੰ ਡੇਵਲਜੀਤ ਨੂੰ ਇਹ ਐਡ ਕਰਨ ਲਈ ਬਣਾਉਣਾ ਹੀ ਪਏਗਾ। ਓ ਜੀ ਹੈਲੋਸ, ਕਿਸਮਤ ਦੀ ਕੰਟੀ ਵੱਜ ਗਈ, ਕਿਉਂਕਿ ਅੱਜ ਮੈਂ ਤੁਹਾਡੇ ਲਈ ਇਹੋ ਜਿਹਾ ਮੌਕਾ ਲੈ ਕੇ ਆਈ ਹਾਂ ਜਿਹਦਾ ਹਜ਼ਾਰਾਂ ਲੋਕ ਇੰਤਜ਼ਾਰ ਕਰਦੇ ਨੇ, ਤੇ ਉਹ ਮੌਕਾ ਤੁਹਾਨੂੰ ਮਿਲਿਆ। ਤੁਹਾਨੂੰ ਪਤਾ ਤੁਸੀਂ ਰਾਤੋਂ ਰਾਤ ਸਟਾਰ ਬਣਨ ਵਾਲੇ ਹੋ। ਤੇ ਕੀ ਬਕਵਾਸ ਕਰੀ ਜਾ ਰਹੀ ਹੈ, ਸਿੱਧਾ ਸਿੱਧਾ ਪੁਆਇੰਟ ਤੇ ਆ। ਮੈਂ ਤੁਹਾਡੇ ਲਈ ਇੱਕ ਐਡ 'ਚ ਐਕਟਿੰਗ ਕਰਨ ਦਾ ਮੌਕਾ ਲੈ ਕੇ ਆਈ ਹਾਂ। ਬਹੁਤ ਵੱਡਾ ਬ੍ਰਾਂਡ ਹੈ, ਮੈਂ ਤੁਹਾਨੂੰ ਦੱਸ ਰਹੀ ਹਾਂ ਤੁਹਾਡੀ ਚਾਂਦੀ ਹੋ ਜਾਏਗੀ ਚਾਂਦੀ। ਜਿੱਥੇ ਵੀ ਜਾਓਗੇ ਲੋਕ ਤੁਹਾਡੇ ਨਾਲ ਸੈਲਫੀ ਖਿਚਾਉਣਗੇ, ਕੁੜੀਆਂ ਤਾਂ ਤੁਹਾਡੀਆਂ ਫੈਨ ਹੋ ਜਾਣਗੀਆਂ। ਤੇ ਗੈਸ ਵਾਟ, ਸਭ ਤੋਂ ਵੱਡੀ ਗੱਲ, ਤੁਹਾਨੂੰ ਪਤਾ ਤੁਸੀਂ ਕਿਹਦੇ ਨਾਲ ਐਕਟ ਕਰਨ ਵਾਲੇ ਹੋ? ਦੀ ਵਨ ਐਂਡ ਓਨਲੀ ਹੀਰ ਸੋਢੀ। ਤੁਸੀਂ ਥੋੜੇ ਬੋਰਿੰਗ ਸ਼ੋਰਿੰਗ ਹੋ, ਪਤਾ ਨਹੀਂ ਐਕਟਿੰਗ ਸ਼ੈਕਟਿੰਗ ਕਰ ਪਾਓਗੇ ਕਿ ਨਹੀਂ, ਪਰ ਟੈਨਸ਼ਨ ਨਾਟ, ਮੈਂ ਤੁਹਾਨੂੰ ਐਕਟਿੰਗ ਸਿਖਾ ਦਾਂਗੀ। ਦੱਸੋ ਤੁਸੀਂ ਰੈਡੀ ਹੋ ਨਾ? ਬੋਲੋ ਬੋਲੋ, ਹੁਣ ਖੁਸ਼ੀ ਦੇ ਮਾਰੇ ਆਵਾਜ਼ ਨਹੀਂ ਨਿਕਲਦੀ ਨਾ। ਦੇਖੋ ਰੋਜ਼ ਰੋਜ਼ ਨਹੀਂ ਆਉਂਦਾ ਹੀਰ ਸੋਢੀ ਨਾਲ ਐਕਟਿੰਗ ਕਰਨ ਦਾ ਮੌਕਾ। ਹਾਏ ਰੱਬਾ, ਸ਼ੁਕਰ ਹੈ ਕਿ ਸੁਪਨਾ ਹੀ ਸੀ। ਵੈਸੇ ਮੈਂ ਬਿਲਕੁਲ ਸਹੀ ਨਾਂ ਰੱਖਿਆ, ਡੇਵਲਜੀਤ। ਸੁਪਨੇ 'ਚ ਵੀ ਪਿਆਰ ਨਾਲ ਨਹੀਂ ਗੱਲ ਕਰ ਸਕਦੇ, ਅਤੇ ਇਸ ਵਾਰੀ ਤਾਂ ਚਪੇੜ ਹੀ ਮਾਰ ਦਿੱਤੀ। ਕੰਨੂ ਨੇ ਬਿਲਕੁਲ ਸਹੀ ਕਿਹਾ ਸੀ,
ਦੇਵਲਜੀਤ ਨੂੰ ਮਨਾਉਣਾ ਇੰਪੋਸੀਬਲ ਹੈ, ਪਰ ਮੈਂ ਹੁਣ ਕੀ ਕਰਾਂ? ਮੈਂ ਪ੍ਰੋਡਿਊਸਰਸ ਨੂੰ ਵੀ ਹਾਂ ਕਰ ਦਿੱਤੀ ਹੈ। ਨਹੀਂ ਨਹੀਂ ਹੀਰ, ਤੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ, ਮੇਰੇ ਕਰੀਅਰ ਦਾ ਸਵਾਲ ਹੈ। ਹਾਏ ਰੱਬਾ, ਪਰ ਮੈਂ ਕਰਾਂ ਕੀ? ਕੀ ਕਰਾਂ ਕੀ ਕਰਾਂ? ਹਾਂ, ਇੱਕ ਇਨਸਾਨ ਹੈ ਜਿਹੜਾ ਮੇਰੀ ਮਦਦ ਕਰ ਸਕਦਾ। ਇਸ ਟਾਈਮ ਕੌਣ ਕਾਲ ਕਰ ਰਿਹਾ? ਹੀਰ, ਇਸ ਟਾਈਮ ਕਿਉਂ ਕਾਲ ਕਰ ਰਹੀ ਹੈ? ਤੁਹਾਡਾ ਦਿਮਾਗ ਠੀਕ ਹੈ? ਹੈਲੋ, ਸੋਰੀ ਜੀ, ਮੈਂ ਤੁਹਾਨੂੰ ਇਸ ਟਾਈਮ ਕਾਲ ਕੀਤਾ। ਉਹ ਐਕਚੁਅਲੀ ਮੈਂ ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਟਾਈਮ ਵੇਖਿਆ ਤੂੰ, ਤੈਨੂੰ ਇੰਨੀ ਵੀ ਅਕਲ ਨਹੀਂ ਕਿ ਕਿਸ ਨੂੰ ਕਿਸ ਟਾਈਮ ਕਾਲ ਕਰਨਾ ਚਾਹੀਦਾ ਤੇ ਕਿਸ ਟਾਈਮ ਨਹੀਂ? ਪਾਗਲ ਕਿਸੇ ਥਾਂ ਦੀ। ਅੱਛਾ, ਹੁਣ ਮੈਂ ਤੁਹਾਨੂੰ ਪਾਗਲ ਲੱਗ ਰਹੀ ਹਾਂ? ਉਦੋਂ ਮੈਂ ਪਾਗਲ ਨਹੀਂ ਲੱਗ ਰਹੀ ਸੀ ਜਦੋਂ ਤੁਸੀਂ ਮੇਰੇ ਕੋਲ ਆਏ ਸੀ ਇਹ ਵਿਆਹ ਤੁੜਵਾਉਣ ਲਈ। ਅੱਛਾ ਠੀਕ ਹੈ ਠੀਕ ਹੈ, ਹਾਂ ਦੱਸ ਕੀ ਗੱਲ ਕਰਨੀ ਸੀ? ਏਦਾਂ ਫੋਨ ਤੇ ਨਹੀਂ, ਉਹਦੇ ਲਈ ਸਾਨੂੰ ਮਿਲਣਾ ਪਏਗਾ। ਅਸੀਂ ਕੱਲ੍ਹ ਸਵੇਰੇ 8 ਵਜੇ ਮਿਲਦੇ ਹਾਂ। 8 ਵਜੇ? ਇੰਨੀ ਸਵੇਰੇ? ਸ਼ੁਕਰ ਮਨਾਓ ਕਿ ਮੈਂ ਹੁਣੇ ਮਿਲਣ ਨੂੰ ਨਹੀਂ ਕਹਿ ਰਹੀ। ਸੋ ਅਸੀਂ ਕੱਲ੍ਹ 8 ਵਜੇ ਮਿਲਦੇ ਹਾਂ ਤੁਹਾਡੇ ਘਰ। ਨਹੀਂ ਨਹੀਂ ਨਹੀਂ, ਘਰ ਨਹੀਂ, ਮੈਂ ਤੈਨੂੰ ਘਰ ਦੇ ਬਾਹਰ ਮਿਲਾਂਗੀ। ਇੱਥੇ ਬੜਾ ਰਿਸਕ ਹੈ। ਰਿਸਕ ਤਾਂ ਮੈਂ ਲਿਆ ਸੀ ਆਪਣੀ ਮਹਿੰਦੀ ਤੋਂ ਭੱਜ ਕੇ, ਉਹ ਵੀ ਤੁਹਾਡੇ ਕਹਿਣ ਤੇ। ਨਾਲੇ ਸਾਡੇ ਕੋਲ ਇੰਨਾ ਟਾਈਮ ਵੀ ਨਹੀਂ ਹੈ ਕਿ ਅਸੀਂ ਬਹਿ ਕੇ ਜਗ੍ਹਾ ਡਿਸਾਈਡ ਕਰੀਏ। ਸੋ ਅਸੀਂ ਕੱਲ੍ਹ ਮਿਲਦੇ ਹਾਂ, ਮੈਂ ਤੁਹਾਡੇ ਘਰ ਦੇ ਬਾਹਰ ਵੇਟ ਕਰਾਂਗੀ ਪੂਰੇ 8 ਵਜੇ, ਠੀਕ ਹੈ? ਬੱਦੇ ਮਾਂ ਕੁੜੀ ਕਰਨਾ ਕੀ ਚਾਹੁੰਦੀ ਹੈ? ਹੁਣ ਸਵੇਰੇ ਸਵੇਰੇ ਕੋਈ ਬਖੇੜਾ ਨਾ ਖੜਾ ਕਰਦੇ। ਕਿਸੇ ਤਰੀਕੇ ਨਾਲ ਇਹਦੀ ਗੱਲ ਸੁਣ ਕੇ ਨਾ ਇਹਨੂੰ ਰਫਾ ਦਫਾ ਕਰਨਾ ਪਏਗਾ। ਸੋ ਦਿਲਜੀਤ ਜੀ, ਸਭ ਤੋਂ ਪਹਿਲਾਂ ਤਾਂ ਥੈਂਕ ਯੂ ਵੈਰੀ ਮੱਚ, ਤੁਸੀਂ ਇੰਨੀ ਸਵੇਰੇ ਸਵੇਰੇ ਸਾਡੇ ਲਈ ਟਾਈਮ ਕੱਢਿਆ। ਸੋ ਐਜ਼ ਯੂ ਆਲ ਨੋ ਕਿ ਅਸੀਂ ਇੱਥੇ ਇੱਕ ਬਿਜ਼ਨਸ ਆਈਡੀਆ ਪਿਚ ਕਰਨ ਆਏ ਹਾਂ ਜੋ ਕਿ ਤੁਹਾਡੇ ਬ੍ਰੈਂਡ ਨੂੰ ਵੀ ਇੱਕ ਨਵੀਂ ਉਚਾਈਆਂ ਤੱਕ ਲੈ ਜੂਗਾ। ਐਕਚੁਅਲੀ ਕੀ ਹੈ ਕਿ ਅਸੀਂ ਐਬਰੋਡ ਤੋਂ ਇੱਕ ਸਪੈਸ਼ਲ ਪਾਸਤਾ ਸੌਸ ਇੰਪੋਰਟ ਕਰਾਂਗੇ ਜੋ ਕਿ ਪਾਸਤਾ ਸਿਰਫ 10 ਮਿੰਟਾਂ 'ਚ ਹੀ ਬਣਾ ਦੇਵੇਗੀ। ਚੰਗਾ, ਅਤੇ ਤੁਸੀਂ ਸਾਡੇ ਤੋਂ ਕੀ ਚਾਹੁੰਦੇ ਹੋ? ਸਰ, ਤੁਹਾਡਾ ਨੇਮ, ਤੁਹਾਡਾ ਗੁੱਡਵਿਲ, ਤੁਹਾਡਾ ਬ੍ਰੈਂਡ ਵੈਲਿਊ, ਅਤੇ ਇਹਦੇ ਬਦਲੇ ਅਸੀਂ ਤੁਹਾਨੂੰ ਪ੍ਰੋਫਿਟ ਸ਼ੇਅਰਿੰਗ ਦਾ ਪਹਿਲਾਂ ਤਾਂ 50% ਅਤੇ ਉਹ ਤੋਂ ਬਾਅਦ 40% ਅਗਲੇ ਸਾਲ ਤੋਂ ਦੇਣ ਨੂੰ ਤਿਆਰ ਹਾਂ। ਪਰ ਇਹ ਅਗਲੇ ਸਾਲ ਤੋਂ 10% ਪ੍ਰੋਫਿਟ ਕੱਟ ਕਿਉਂ? ਉਦੋਂ ਤਾਂ ਸੇਲ ਤੇਜ਼ੀ ਨਾਲ ਹੋ ਰਹੀ ਹੋਏਗੀ।
ਤੁਸੀਂ ਪਾਸਤਾ ਬਣਾਉਣ ਦਾ ਟਾਈਮ ਤਾਂ ਕੱਟ ਕਰ ਰਹੇ ਹੋ ਪਰ ਉਸ ਚੱਕਰ 'ਚ ਸਿਹਤ ਨਾਲ ਖਿਲਵਾੜ ਕਰ ਰਹੇ ਹੋ। ਜਿੱਦਾਂ ਕਿ ਮੈਂ ਪੜ੍ਹ ਪਾ ਰਿਹਾ ਇਸ 'ਚ ਇਹੋ ਜਿਹਾ ਬਹੁਤ ਕੁਛ ਮਿਲਿਆ ਹੋਇਆ ਜੋ ਸਿਹਤ ਲਈ ਸਹੀ ਨਹੀਂ ਹੈ। ਉੱਤੋਂ ਜਦੋਂ ਤੱਕ ਇਹ ਸੌਸ ਇੰਡੀਆ ਹੋਊਗੀ ਉਦੋਂ ਤੱਕ ਸਾਰੀ ਨਿਊਟ੍ਰੀਸ਼ਨ ਵੈਲਿਊ ਮੁੱਕ ਚੁੱਕੀ ਹੋਏਗੀ। ਮੈਂ ਆਪਣਾ ਬ੍ਰਾਂਡ ਇਹੋ ਜਿਹੀ ਕਿਸੇ ਚੀਜ਼ ਨਾਲ ਨਹੀਂ ਜੋੜਨਾ ਚਾਹੁੰਦਾ ਜਿਸ 'ਚ ਕੈਮੀਕਲ ਹੋਵੇ। ਕਮਾਨ ਸਰ, ਅੱਜ ਕੱਲ੍ਹ ਕਿਹੜੇ ਖਾਣੇ 'ਚ ਕੈਮੀਕਲ ਨਹੀਂ ਹੈਗਾ? ਤੁਸੀਂ ਨਾ ਬਸ ਆਪਣੇ ਮੁਨਾਫੇ 'ਤੇ ਫੋਕਸ ਕਰੋ। ਅਤੇ ਵੈਸੇ ਵੀ ਜੇ ਆਪਾਂ ਇਹ ਸਭ ਸੋਚਣ ਲੱਗ ਗਏ ਤਾਂ ਫਿਰ ਪ੍ਰੋਫਿਟ ਬਾਰੇ ਕੌਣ ਸੋਚੂਗਾ? ਅੱਜ ਕੱਲ੍ਹ ਲੋਕਾਂ ਨੂੰ ਸਿਰਫ ਜ਼ਬਾਨ ਦਾ ਟੇਸਟ ਚਾਹੀਦਾ ਹੁੰਦਾ ਹੈ। ਅਤੇ ਸਰ, ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਇਹ ਸਾਡਾ ਜਿਹੜਾ ਪਾਸਤਾ ਹੈ ਨਾ ਇਹਦਾ ਟੇਸਟ ਲਾਜਵਾਬ ਹੈ। ਗਲਤ, ਬਿਲਕੁਲ ਗਲਤ। ਅਸੀਂ ਸਿਰਫ ਸਵਾਦ ਜਾਂ ਢਿੱਡ ਭਰਨ ਲਈ ਨਹੀਂ ਖਾਂਦੇ, ਅਸੀਂ ਖਾਂਦੇ ਆਪਣੇ ਪੋਸ਼ਣ ਦੇ। ਅਤੇ ਵੈਸੇ ਵੀ ਕੈਮੀਕਲਸ ਦੀ ਵਜ੍ਹਾ ਨਾਲ ਇੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ। ਮੈਂ ਸਿਰਫ ਕਮਾਉਣ ਲਈ ਕੰਮ ਨਹੀਂ ਕਰਦਾ, ਇਹ ਮੇਰੀ ਜ਼ਿੰਮੇਵਾਰੀ ਹੈ। ਇੱਕ ਸੇਵਾ ਕਿ ਮੈਂ ਚੰਗਾ ਖਵਾਵਾਂ, ਮੈਂ ਸਭ ਨਹੀਂ ਕਰ ਸਕਦਾ। ਸਰ, ਤੁਸੀਂ ਤਾਂ ਕੁਛ ਕਰਨਾ ਹੀ ਨਹੀਂ, ਬਸ ਆਪਣਾ ਬ੍ਰਾਂਡ ਦਾ ਨਾਮ ਦੇਣਾ ਹੈ, ਤੁਹਾਨੂੰ ਘਰੇ ਬੈਠੇ ਬੈਠੇ ਪ੍ਰੋਫਿਟ ਆਉਣਾ ਹੈ। ਮੇਰਾ ਨਾਮ, ਜਿਸ ਨਾਮ 'ਤੇ ਲੋਕ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਨੇ, ਤੁਸੀਂ ਚਾਹੁੰਦੇ ਹੋ ਉਹਨਾਂ ਨੂੰ ਮੈਂ ਧੋਖਾ ਦੇਵਾਂ ਇਹ ਸਭ ਕੈਮੀਕਲਸ ਖਵਾ ਕੇ? ਕੁਝ ਪੈਸਿਆਂ ਲਈ ਮੈਂ ਆਪਣਾ ਇਮਾਨ ਵੇਚਾਂ ਅਤੇ ਘਟੇ ਦੀ ਚੀਜ਼ ਵੇਚਾਂ? ਪਰ ਸਰ, ਤੁਸੀਂ ਸਾਡੇ ਪ੍ਰੋਡਕਟ ਨੂੰ ਇੱਦਾਂ ਮਾੜਾ ਤਾਂ ਨਹੀਂ ਕਹਿ ਸਕਦੇ? ਹਾਲੇ ਤੱਕ ਤਾਂ ਮੈਂ ਕੁਝ ਕਿਹਾ ਹੀ ਨਹੀਂ। ਇਹ ਆਪਣਾ ਆਫਰ, ਆਪਣਾ ਪ੍ਰੋਫਿਟ ਲੈ ਕੇ ਇੱਥੋਂ ਜਾਓ। ਦਿਲੀਪ ਸਰ, ਇਹਨਾਂ ਦਾ ਪਾਸਤਾ ਭਾਵੇਂ 10 ਮਿੰਟ 'ਚ ਬੰਦਾ ਹੋਵੇ ਪਰ ਮੈਂ ਇਹਨਾਂ ਦੀ ਸ਼ਕਲ 1 ਮਿੰਟ ਵੀ ਬਰਦਾਸ਼ਤ ਨਹੀਂ ਕਰ ਸਕਦਾ। ਠੀਕ ਹੈ ਸਰ, ਲੈ ਜਾ ਇਹਨਾਂ ਨੂੰ ਇੱਥੋਂ। ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਨੇ, ਰੱਬ ਦਾ ਡਰ ਹੀ ਨਹੀਂ ਇਹਨਾਂ ਨੂੰ। ਜੇ ਡੀਜੇ ਇੱਦਾਂ ਹੀ ਸਾਰਿਆਂ ਨੂੰ ਬਾਹਰ ਦਾ ਰਾਹ ਦਿਖਾਉਂਦੇ ਰਹੇ ਨਾ ਤਾਂ ਸਾਡੀ ਮਾਰਕੀਟ 'ਚ ਸਾਰਿਆਂ ਨਾਲ ਗੱਲ ਖਰਾਬ ਹੋ ਜੂਗੀ। ਉਹੀ ਤਾਂ, ਇੱਕ ਤਾਂ ਇਹਨਾਂ ਦਾ ਐਟੀਟਿਊਡ ਹੀ ਨਹੀਂ ਸੈੱਟ ਆਉਂਦਾ। ਬੋਲਿਆ ਵੀ ਸੀ ਕਿ 8 ਵਜੇ ਮਿਲਣਾ, ਫਿਰ ਹਲੇ ਤੱਕ ਆਏ ਕਿਉਂ ਨਹੀਂ?
ਉਫੋ ਇਹ ਬਾਹਰ ਕਿਉਂ ਨਹੀਂ ਆ ਰਹੇ? ਨਾਲੇ ਮੇਰਾ ਫੋਨ ਵੀ ਨਹੀਂ ਚੁੱਕ ਰਹੇ। ਇੱਕ ਕੰਮ ਕਰਦੀ ਹਾਂ, ਅੰਦਰ ਜਾ ਕੇ ਲੁੱਕ ਕੇ ਇਸ਼ਾਰਾ ਕਰਦੀ ਹਾਂ, ਮੈਨੂੰ ਵੇਖ ਕੇ ਤਾਂ ਆ ਹੀ ਜਾਣਗੇ।